ਧਰਮ ਦੇ ਰਸਤੇ ਤੇ ਚੱਲਦੇ ਹੋਏ ਉਸ ਅਕਾਲ ਪੁਰਖ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਵੱਖਰੇ ਵੱਖਰੇ ਢੰਗ ਤਰੀਕੇ ਵੱਖਰੇ ਵੱਖਰੇ ਸਾਧਨ ਦੱਸੇ ਗਏ। ਇਹਨਾਂ ਹੀ ਸਾਰੇ ਮਤਾਂ ਦੇ ਵਿੱਚੋਂ ਇੱਕ ਸਿੱਖ ਮਤ ਹੈ। ਸਿੱਖ ਸ਼ਬਦ ਦਾ ਅਰਥ ਹੈਗਾ ਸਿੱਖਣਾ। ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਜਿਹਨੂੰ ਵੀ ਮਨੁੱਖ ਦਾ ਸਰੀਰ ਮਿਲ ਗਿਆ, ਭਾਵੇਂ ਉਹ ਇਸਤਰੀ ਹੈ, ਭਾਵੇਂ ਉਹ ਪੁਰਸ਼ ਹੈ, ਭਾਵੇਂ ਉਹ ਰਾਜਾ, ਭਾਵੇਂ ਉਹ ਰੰਗ ਹੈ, ਉਹਦਾ ਇੱਕ ਅਧਿਕਾਰ ਬਣਦਾ ਕਿ ਮੈਂ ਸਿੱਖ ਹਾਂ। ਤੇ ਸਾਧ ਸੰਗਤ ਜੀਓ, ਐਸੀ ਸੱਚ ਧਰਮ ਦੀ ਸਿੱਖਿਆ ਦੇਣ ਵਾਲੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਿੱਖ ਧਰਮ ਦੇ ਬਾਨੀ ਹੋਏ ਨੇ। ਜੋ ਉਪਦੇਸ਼ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੁੱਲ ਲੋਕਾਈ ਨੂੰ ਦਿੱਤਾ, ਉਹੀ ਉਪਦੇਸ਼ ਉਹਨਾਂ ਤੋਂ ਬਾਅਦ 9 ਗੁਰੂ ਸਾਹਿਬਾਨ ਨੇ ਦਿੱਤਾ। 10 ਗੁਰੂ ਸਾਹਿਬਾਨਾਂ ਦੇ ਉਪਦੇਸ਼ ਦਾ ਜੋ ਸਿਧਾਂਤ ਹੈਗਾ ਉਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਰੂਪ ਦੇ ਵਿੱਚ ਵਰਣਨ ਹੈ। ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਧਰਮ ਦਾ ਉਪਦੇਸ਼ ਕਰਦੇ ਹੋਏ ਆਪਣੇ ਤੋਂ ਪਹਿਲਾਂ ਬੀਤ ਗਏ ਸਮੇਂ ਦੇ ਵਿੱਚ ਜੋ ਹੋਈਆਂ ਤਰੁੱਟੀਆਂ ਸਨ, ਵਰਤਮਾਨ ਸਮੇਂ ਦੇ ਵਿੱਚ ਚੱਲ ਰਹੀਆਂ ਜੋ ਤਰੁੱਟੀਆਂ ਸਨ ਸਮਾਜਿਕ ਤੇ ਧਾਰਮਿਕ, ਇਹਨਾਂ ਨੂੰ ਵਿਸ਼ੇਸ਼ ਕਰਕੇ ਖਿਆਲ ਰੱਖਿਆ। ਜਦੋਂ ਵੀ ਸੱਚ ਧਰਮ ਦਾ ਉਪਦੇਸ਼ ਕੀਤਾ ਗਾ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਹਮਣੇ ਵਾਲਾ ਰਾਜਾ ਜਾਂ ਰੰਗ ਹੈਗਾ, ਅਮੀਰ ਹੈ ਜਾਂ ਗਰੀਬ ਹੈਗਾ, ਕਿਸ ਜਾਤ ਨਾਲ ਸੰਬੰਧ ਰੱਖਦਾ, ਕਿਸ ਦੇਸ਼ ਤੋਂ ਆਇਆ ਗਾ, ਧਾਰਮਿਕ ਹੈਗਾ ਭਾਵੇਂ ਅਧਾਰਮਿਕ ਹੈ, ਕੇਵਲ ਇੱਕੋ ਗੱਲ ਦੇਖੀ ਕਿ ਇਹ ਬੰਦਾ ਹੈਗਾ ਤੇ ਬੰਦੇ ਨੂੰ ਬੰਦਗੀ ਕਰਨ ਦਾ ਇਖਤਿਆਰ ਹੈ, ਬੰਦੇ ਨੂੰ ਬੰਦਗੀ ਕਰਨ ਦਾ ਹੱਕ ਹੈ। ਸੱਚ ਦੇ ਧਰਮ ਦੇ ਰਸਤੇ ਤੇ ਚੱਲਦੇ ਹੋਇਆਂ ਉਸ ਅਕਾਲ ਪੁਰਖ ਪਰਮਾਤਮਾ ਈਸ਼ਵਰ ਨੂੰ ਪ੍ਰਾਪਤ ਕਰਨਾ ਇਹਦਾ ਜਨਮ ਸਿੱਧ ਅਧਿਕਾਰ ਹੈ। ਤੇ ਸਾਧ ਸੰਗਤ ਦੀ ਕਦੇ ਸਤਿਗੁਰਾਂ ਨੇ ਇਹ ਨਹੀਂ ਸੋਚਿਆ ਕਿ ਕਿਹੜਾ ਕਿਸ ਜਾਤ ਦਾ ਮੇਰੇ ਕੋਲ ਆ ਗਿਆ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਣਾ ਦੇ ਸਮਝਿਆ। ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਈਏ ਕੋਈ ਵੀ ਨਹੀਂ ਕਹਿ ਸਕਦਾ ਕਿ ਤੂੰ ਫਲਾਣੇ ਮਤ ਦਾ ਭਾਈ ਥੋੜਾ ਪਿੱਛੇ ਹੋ ਕੇ ਬਹਿ ਜਾ, ਤੁਸੀਂ ਸਿੱਖ ਮਤ ਦੇ ਥੋੜਾ ਅੱਗੇ ਹੋ ਕੇ ਬੈਠੋ ਕਿਉਂਕਿ ਪਰਮਾਤਮਾ ਦਾ ਦਰਬਾਰ ਹੈ। ਇਹ ਹਿੰਦੂ, ਮੁਸਲਮਾਨ, ਸਿੱਖ, ਈਸਾਈ ਇੱਥੇ ਤੱਕ ਹੀ ਰਹਿ ਗਏ ਆ, ਜਦੋਂ ਸੌਂ ਜਾਂਦੇ ਹਾਂ ਤਾਂ ਉਦੋਂ ਉਹ ਵੀ ਭੁੱਲ ਜਾਂਦੇ ਆ, ਸਰੀਰ ਤਿਆਗ ਕੇ ਤਾਂ ਕੁਛ ਵੀ ਨਹੀਂ ਰਹਿੰਦਾ, ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਹੀ ਰਹਿ ਜਾਂਦਾ ਹੈਗਾ। ਕੇਵਲ ਇੱਕੋ ਹੀ ਇੱਕ ਸਿਧਾਂਤ ਦੱਸਿਆ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਕਰੋ ਕੇ ਪਿਆਰ, ਕਿਉਂਕਿ ਸਾਧ ਸੰਗਤ ਜੀ ਅਕਾਲ ਪੁਰਖ ਪਰਮਾਤਮਾ ਦੇ ਬਣਾਏ ਹੋਏ ਸਾਰੇ ਜੀਵ ਇੱਕ ਨੂਰ ਤੋਂ ਪੈਦਾ ਹੁੰਦੇ ਆ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜੇ ਆ, ਕੌਣ ਭਲੇ ਕੋ ਮੰਨੇ। ਪਰਮਾਤਮਾ ਵਿਸਾਖੀ ਮਾਫ ਕਰਨਾ ਨਾ ਤਾਂ ਗੁਰਦੁਆਰੇ ਚ ਮਿਲੇਗਾ ਕਦੇ, ਨਾ ਹੀ ਮੰਦਰਾਂ ਚ ਮਿਲੇਗਾ, ਮਸਜਿਦ ਗਿਰਜਾ ਕਿਤੋਂ ਵੀ ਨਹੀਂ ਮਿਲ ਸਕਦਾ, ਵੱਡੇ ਤੋਂ ਵੱਡੇ ਤੀਰਥ ਤੇ ਚਲੇ ਜਾਓ ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ ਜਦੋਂ ਮਿਲੇਗਾ ਆਪਣੇ ਅੰਦਰੋਂ ਹੀ ਮਿਲੇਗਾ। ਇਹ ਜਿੰਨੇ ਧਾਰਮਿਕ ਸਥਾਨ ਨੇ ਸਾਨੂੰ ਸਿੱਖਿਆ ਦਿੰਦੇ ਆ ਕਿ ਪਰਮਾਤਮਾ ਇਸ ਤਰੀਕੇ ਦੇ ਨਾਲ ਮਿਲਦਾ। ਜਿਸ ਮਨੁੱਖ ਨੂੰ ਘਰ ਦੇ ਵਿੱਚ ਸ਼ਾਂਤੀ ਨਹੀਂ ਮਿਲਦੀ, ਉਸ ਮਨੁੱਖ ਨੂੰ ਧਾਰਮਿਕ ਸਥਾਨਾਂ ਤੇ ਵੀ ਸ਼ਾਂਤੀ ਨਹੀਂ ਮਿਲ ਸਕਦੀ। ਇਹੀ ਉਪਦੇਸ਼ ਸਿੱਖ ਮਤ ਦੇ ਵਿੱਚ ਸਾਰਿਆਂ ਨੂੰ ਬਖਸ਼ਿਸ਼ ਕੀਤਾ ਜਾਂਦਾ, ਇਸ ਨੂੰ ਕੋਈ ਵੀ ਮੰਨ ਲਵੇ। ਜ਼ਰੂਰੀ ਨਹੀਂ ਹੈਗਾ ਜਿਹਨੇ ਕੇਸ ਰੱਖੇ ਨੇ, ਪੱਗ ਰੱਖੀ ਹੈ, ਉਹੀ ਸਿੱਖ ਮਤ ਦੇ ਸਿਧਾਂਤਾਂ ਨੂੰ ਮੰਨ ਸਕਦਾ। ਸਿੱਖ ਸ਼ਬਦ ਦਾ ਅਰਥ ਹੈਗਾ ਸਿੱਖੋ, ਕੋਈ ਵੀ ਸਿੱਖ ਸਕਦਾ ਹੈਗਾ। ਕੇਵਲ ਸੱਚ ਧਰਮ ਤੇ ਚੱਲਣਾ, ਪਾਖੰਡ ਭਰਮ ਤੋਂ ਦੂਰ ਰਹਿ ਕੇ, ਨਾ ਪਾਖੰਡਾਂ ਦੇ ਵਿੱਚ ਪੈਣਾ, ਨਾ ਭਰਮਾਂ ਦੇ ਵਿੱਚ ਪੈਣਾ, ਸੱਚ ਧਰਮ ਦੇ ਰਸਤੇ ਤੇ ਚੱਲਦੇ ਹੋਏ ਆਪਣੇ ਜੀਵਨ ਦੀ ਯਾਤਰਾ ਨੂੰ ਉਸ ਪਰਮਾਤਮਾ ਦੇ ਚਰਨਾਂ ਤੱਕ ਪਹੁੰਚਾਉਣਾ।
ਪਰਮੇਸ਼ਰ ਨੇ ਇਹ ਨਰ ਦਾ ਸਾਨੂੰ ਸਰੀਰ ਦਿੱਤਾ ਹੈ ਨਰਾਇਣ ਬਣਨ ਵਾਸਤੇ। ਇਹ ਨਰ ਦਾ ਸਰੀਰ ਨਰਾਦਮ ਬਣਨ ਵਾਸਤੇ ਨਹੀਂ ਦਿੱਤਾ ਗਾ। ਹੁਣ ਡਾਇਰੈਕਟਰ ਨੇ ਐਕਟਰ ਨੂੰ ਰਾਮ ਦੀ ਡਰੈਸ ਪਾ ਕੇ ਸਟੇਜ ਤੇ ਭੇਜ ਦਿੱਤਾ ਗਾ। ਬੋਲਦਾ ਕੀ ਪਿਆ? ਡਾਇਲੋਗ ਬੋਲਦਾ ਪਿਆ ਰਾਵਣ ਦੇ। ਡਾਇਰੈਕਟਰ ਵੀ ਨਾਰਾਜ਼ ਹੋਏਗਾ, ਲੋਕਾਂ ਨੇ ਵੀ ਨਾਰਾਜ਼ਗੀ ਦੇਣੀ ਹੈ ਕਿ ਤੈਨੂੰ ਰਾਮ ਦੀ ਡਰੈਸ ਪਾਈਏ ਤੂੰ ਰਾਮ ਦੇ ਡਾਇਲੋਗ ਬੋਲ ਪਾਈਏ। ਪਰਮਾਤਮਾ ਨੇ ਮਨੁੱਖ ਦਾ ਸਰੀਰ ਦੇ ਦਿੱਤਾ। ਮਨੁੱਖ ਦਾ ਸਰੀਰ ਸਾਧ ਸੰਗਤ ਜੀ ਕੇਵਲ ਇੱਕ ਬੰਦਗੀ ਕਰਨ ਦੇ ਵਾਸਤੇ ਹੈ। ਬਾਕੀ ਦੁਨੀਆਂ ਦੇ ਸਾਰੇ ਕੰਮ ਕਰ ਲਓ, ਵਿਆਹ ਸ਼ਾਦੀਆਂ ਕਰੋ, ਧੀ ਪੁੱਤਰ ਜੰਮੋ, ਪੜ੍ਹਾਈ ਲਿਖਾਈ, ਨੌਕਰੀਆਂ ਸਭ ਕੁਝ ਕਰੋ, ਪਰ ਇੱਕ ਪਰਮਾਤਮਾ ਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਹੱਥ ਕਾਰ ਦੇ ਵੱਲ, ਦਿਲ ਯਾਰ ਦੇ ਵੱਲ, ਇਹੀ ਸਿਧਾਂਤ ਹਰ ਇੱਕ ਮਹਾਂਪੁਰਸ਼ ਕਰ ਰਿਹਾ, ਹਰ ਇੱਕ ਅਵਤਾਰ ਕਰ ਰਿਹਾ, ਹਰ ਇੱਕ ਗ੍ਰੰਥ ਕਰ ਰਿਹਾ। ਜਦੋਂ ਅਰਜੁਨ ਗੀਤਾ ਦੇ ਉਪਦੇਸ਼ ਨੂੰ ਸੁਣ ਕੇ ਬਹੁਤ ਜ਼ਿਆਦਾ ਆਨੰਦਿਤ ਹੋ ਗਿਆ, ਅਖੀਰ ਦੇ ਵਿੱਚ ਉਹਨੇ ਪੁੱਛਿਆ ਕਿ ਮੈਨੂੰ ਇੱਕ ਗੱਲ ਦੱਸੋ, ਕਦੇ ਕਰਮ ਯੋਗ ਵੱਲ ਤੁਰ ਪੈਂਦੇ ਹੋ, ਕਦੇ ਸਾਂਖਿਅ ਯੋਗ ਵੱਲ ਤੁਰ ਪੈਂਦੇ ਹੋ ਤੁਸੀਂ, ਕਦੇ ਸੰਨਿਆਸ ਵੱਲ, ਕਦੇ ਬ੍ਰਹਮਚਾਰੀ ਦੇ ਵੱਲ, ਕਦੇ ਕਿੱਥੇ ਕਦੇ ਕਿੱਥੇ? ਮੈਨੂੰ ਟੂ ਦਾ ਪੁਆਇੰਟ ਦੱਸ ਦਿਓ ਬਸ, ਵੀ ਕਿਵੇਂ ਸ਼ੋਰਟਕੱਟ ਤਰੀਕੇ ਨਾਲ ਤੁਹਾਨੂੰ ਪ੍ਰਾਪਤ ਕਰਨਾ ਹੈ। ਤੇ ਬੜਾ ਅਖੀਰਲਾ ਸ਼ਲੋਕ ਹੈ, ਬੜਾ ਸੁੰਦਰ ਹੈ। ਸਰਵ ਧਰਮਾਂ ਪਰਤਜੇ ਤੇ ਮਾਮੇਕੁਮ ਸ਼ਰਣੁਮ ਬ੍ਰਜ ਅਹੰ ਤਵਾ ਸਰਵ ਪਾਪੇ ਵਿਮੋਕਸ਼ ਸ਼ਾਮੀ ਮਾ ਸੁਚਾ। ਤੂੰ ਸਾਰੇ ਧਰਮ ਛੱਡ ਦੇ, ਤੇਰੇ ਕੋਲ ਆਪਣਾ ਵੀ ਕੋਈ ਧਰਮ ਨਾ ਹੋਵੇ, ਤੂੰ ਮੇਰਾ ਬਣ ਜਾ, ਮੈਂ ਤੈਨੂੰ ਸਾਰੇ ਪਾਪਾਂ ਤੋਂ ਮੁਕਤ ਕਰ ਦੂੰਗਾ। ਮਾ ਸੁਚਾ, ਤੂੰ ਫਿਕਰ ਹੀ ਨਾ ਕਰ। ਇਹੀ ਗੁਰਬਾਣੀ ਦਾ ਸਿਧਾਂਤ ਹੈ, ਵਸ ਆਏ ਫਿਰ ਛੋੜ ਨਾ ਜਾਏ, ਇਹ ਰੀਤ ਭਲੀ ਭਗਵੰਤ ਹੈ। ਪਰਮਾਤਮਾ ਜੀ ਨੂੰ ਇੱਕ ਵਾਰ ਆਪਣਾ ਬਣਾ ਲਏ, ਅਸੀਂ ਭੁੱਲ ਜਾਵਾਂਗੇ, ਅਸੀਂ ਛੱਡ ਦੇਵਾਂਗੇ, ਪਰਮਾਤਮਾ ਨਹੀਂ ਛੱਡਦਾ। ਚੇਲੇ ਨੂੰ ਆਪਣਾ ਓਨਾ ਫਿਕਰ ਨਹੀਂ ਹੁੰਦਾ ਜਿੰਨਾ ਗੁਰੂ ਨੂੰ ਚੇਲੇ ਦਾ ਫਿਕਰ ਹੁੰਦਾ। ਸੋ ਪਰਮਾਤਮਾ ਨੇ ਸਾਨੂੰ ਜਿਹੜਾ ਮਨੁੱਖ ਦਾ ਸਰੀਰ ਦਿੱਤਾ, ਧਰਮ ਤੇ ਚੱਲਦੇ ਹੋਏ ਪਰਮਾਤਮਾ ਦੀ ਪ੍ਰਾਪਤੀ ਦੇ ਵਾਸਤੇ ਦਿੱਤਾ, ਇਹਨੀ ਇੱਕ ਸੇਵਾ ਪ੍ਰਵਾਨ ਕਰਨੀ। ਇੱਥੇ ਬੈਠੇ ਜਿੰਨੇ ਵੀ ਪ੍ਰਤਿਸ਼ਠਿਤ ਵਿਅਕਤੀ ਨੇ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।